ਇਨਸਾਨ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਹੈ, ਪਰ ਉਸ ਕਲਾ ਨੂੰ ਕੋਈ ਕੋਈ ਹੀ ਉਭਾਰਦਾ ਹੈ। ਐਸਾ ਹੀ ਚਿੱਤਰਕਾਰ ਹੈ ਬਟਾਲਾ ਦਾ ਰਹਿਣ ਵਾਲਾ ਇੰਦਰਜੀਤ ਸਿੰਘ, ਜੋ ਇੱਕ ਸਧਾਰਨ ਪਰਿਵਾਰ ਤੋਂ ਹੈ, ਪਰ ਪਰਿਵਾਰ ਦੀਆਂ ਮਜਬੂਰੀਆਂ ਦੇ ਚੱਲਦੇ ਆਪਣੀ ਕਲਾ ਨੂੰ ਪਿੱਛੇ ਪਾ ਬੈਠਾ ਅਤੇ ਹੁਣ ਐਸਾ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਇੰਦਰਜੀਤ ਵੱਲੋਂ ਤਿਆਰ ਕੀਤੀਆਂ ਗਈਆਂ ਪੇਂਟਿੰਗਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਵੇ। ਇੰਦਰਜੀਤ ਨੇ ਪੇਂਟਿੰਗ ਦੀ ਕਲਾ ਸਿੱਖਣ ਲਈ ਕੋਈ ਗੁਰੂ ਨਹੀਂ ਧਾਰਿਆ, ਬਲਕਿ ਅਜਿਹਾ ਲੱਗਦਾ ਹੈ ਕਿ ਇਹ ਕਲਾ ਇੰਦਰਜੀਤ ਨੂੰ ਜਿਵੇਂ ਉਸਦੇ ਜਨਮ ਤੋਂ ਹੀ ਮਿਲੀ ਹੋਵੇ। ਬਟਾਲਾ ਦੇ ਸੁੰਦਰ ਨਗਰ ਦੇ ਰਹਿਣ ਵਾਲੇ ਇੰਦਰਜੀਤ ਦਾ ਕਹਿਣਾ ਹੈ ਕਿ ਪਰਿਵਾਰ ਵਿੱਚੋਂ ਵੱਡੇ ਹੋਣ ਕਾਰਨ ਉਸਨੂੰ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੜ੍ਹਾਈ ਛੱਡਣੀ ਪਈ ਅਤੇ ਉਹ ਮਹਿਜ 12 ਜਮਾਤਾਂ ਤੱਕ ਹੀ ਪੜ੍ਹ ਸਕਿਆ। ਇੰਦਰਜੀਤ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹਦੇ ਸਮੇਂ ਤੋਂ ਹੀ ਉਸਨੂੰ ਡਰਾਇੰਗ ਵਿਸ਼ਾ ਬਹੁਤ ਚੰਗਾ ਲੱਗਦਾ ਸੀ। ਇੰਦਰਜੀਤ ਨੇ ਇੱਕ ਸ਼ੋਰੂਮ ਵਿੱਚ ਵੀ ਸੇਲਸਮੈਨ ਦੀ ਨੌਕਰੀ ਕੀਤੀ, ਪਰ ਕਿਤੇ ਨਾ ਕਿਤੇ ਉਸਦੇ ਅੰਦਰ ਬੈਠਾ ਚਿੱਤਰਕਾਰ ਉਸਨੂੰ ਆਪਣੇ ਵੱਲ ਖਿੱਚਦਾ ਰਿਹਾ ਅਤੇ ਆਖਿਰ ਇੰਦਰਜੀਤ ਸਿੰਘ ਨੇ ਆਪਣੀ ਕਲਾ ਦੇ ਹਿੱਸੇ ਵਜੋਂ ਹੀ ਆਪਣਾ ਇੱਕ ਕਿੱਤਾ ਸ਼ੁਰੂ ਕੀਤਾ। ਇੰਦਰਜੀਤ ਸਿੰਘ ਨੇ ਦੁਕਾਨ ਕਿਰਾਏ ਤੇ ਲੈ ਕੇ ਵਾਹਨਾਂ ਦੀ ਨੰਬਰ ਪਲੇਟ ਅਤੇ ਸਟਿੱਕਰ ਲਗਾਉਣ ਦਾ ਕੰਮ ਅਪਣਾਇਆ ਅਤੇ ਇੰਦਰ ਆਰਟ ਦੇ ਨਾਂ ਤੋਂ ਦੁਕਾਨ ਸ਼ੁਰੂ ਕੀਤੀ। ਪਰ ਇਸ ਦੇ ਬਾਵਜੂਦ ਇੰਦਰਜੀਤ ਦੇ ਅੰਦਰਲੇ ਕਲਾਕਾਰ ਨੇ ਉਸਨੂੰ ਆਪਣੇ ਵੱਲ ਖਿੱਚਿਆ ਤੇ ਆਖਿਰ ਇੰਦਰਜੀਤ ਕਰੀਬ 2 ਸਾਲ ਪਹਿਲਾਂ ਪੇਂਟਿੰਗ ਬਣਾਉਣ ਵਾਲੇ ਪਾਸੇ ਜੁਟ ਗਿਆ। ਤਾਂ ਮੈਂ ਆਪਣੇ ਭੈਣ ਭਰਾ ਤੋਂ ਵੱਡਾ ਅਤੇ ਫਿਰ ਜ਼ਿੰਮੇਵਾਰੀ ਮੇਰੇ 'ਤੇ ਜ਼ਿਆਦਾ ਸੀ, ਇਸ ਕਰਕੇ ਫਿਰ ਮੈਂ +2 ਤੱਕ ਹੀ ਪੜ੍ਹਿਆ ਹੈਗਾ। ਉਸ ਤੋਂ ਬਾਅਦ ਥੋੜ੍ਹੀ ਆਪਣੇ ਘਰ ਦੀ ਪ੍ਰੋਬਲਮਸ ਕਰਕੇ ਫਿਰ ਗਾੜੀ ਮੇਰੇ ਕੋਲ ਹੋਰ ਕਦੇ ਜਾਇਆ ਨਹੀਂ ਗਿਆ ਆਰਟ ਵਾਸਤੇ, ਤਾਂ ਫਿਰ ਮੈਂ ਘਰ ਬਹਿ ਕੇ ਹੀ ਆਪਣਾ ਜੋ ਹੀ ਲੱਗਣਾ ਹੈਗੀ ਇਹਨਾਂ ਉੱਤੇ ਕਰਦਾ ਰਿਹਾ ਹੈਗਾ ਵਰਕ ਆਪਣਾ। ਹੁਣ ਸਰ ਮੇਰਾ ਹੈਗਾ ਕੰਪਿਊਟਰਾਈਜ਼ ਨੰਬਰ ਪਲੇਟ ਦਾ ਕੰਮ ਹੈਗਾ, ਸਟਿੱਕਰ ਦਾ ਕੰਮ ਹੈਗਾ, ਨੰਬਰ ਪਲੇਟਾਂ ਦਾ ਮੈਂ ਆਰਟ ਕਰ ਰਿਹਾ ਹੈਗਾ। ਉਹਦੇ ਨਾਲ ਨਾਲ ਜਦੋਂ ਮੇਰੇ ਕੋਲ ਟਾਈਮ ਫਰੀ ਹੁੰਦਾ ਅਤੇ ਉਹਦੇ ਵਿੱਚ ਫਿਰ ਮੈਂ ਆਪਣੇ ਮੇਰੇ ਕੋਲ ਕਸਟਮਰ ਨਹੀਂ ਹੁੰਦਾ ਤਾਂ ਮੈਂ ਫਰੀ ਹੁੰਦਾ ਅਤੇ ਮੈਂ ਸੋਚਦਾ ਕਿ ਮੈਂ ਉੱਧਰ ਬਹੂੰਗਾ, ਕਿਸੇ ਕੋਲ ਬਹੂੰਗਾ, ਨਹੀਂ ਬਹੂੰਗਾ, ਤਾਂ ਮੈਂ ਆਪਣੇ ਹੀ ਜੋ ਮੇਰਾ ਵਰਕ ਹੈਗਾ ਮੈਂ ਉਹਨੂੰ ਕੰਟੀਨਿਊ ਇੱਕ ਚੀਜ਼ ਕਰਕੇ ਉਹਨੂੰ ਲਗਾਤਾਰ ਕਰਦਾ ਰਹਿੰਦਾ ਵੀ ਮੇਰਾ ਜਿਹੜਾ ਇਹ ਆਰਟ ਆ ਅੱਜ ਕੱਲ੍ਹ ਦੇ ਸਾਰੇ ਦੇਖ ਰਹੇ ਹੈਗੇ ਆ, ਫੇਸਬੁੱਕ 'ਤੇ ਵੀ ਚੱਲ ਰਿਹਾ ਹੈਗਾ, ਲੋਕ ਪਸੰਦ ਕਰ ਰਹੇ ਆ ਅਤੇ ਮੈਨੂੰ ਕਾਫੀ ਪਿਆਰ ਮਿਲ ਰਿਹਾ ਅਤੇ ਮੈਂ ਫਿਊਚਰ ਵਿੱਚ ਹੋਰ ਇਸੇ ਤਰ੍ਹਾਂ ਆਪਣਾ ਕੰਮ ਜਾਰੀ ਰੱਖਾਂਗਾ। ਇੰਦਰਜੀਤ ਸਿੰਘ ਕੋਲ ਪੈਨਸਲ ਆਰਟ, ਕੈਨਵਸ ਪੇਂਟਿੰਗ ਅਤੇ ਵਾਟਰ ਕਲਰ ਪੇਂਟਿੰਗ ਦਾ ਇੱਕ ਸੰਗ੍ਰਹਿ ਹੈ, ਜਿਸ ਨੂੰ ਦੇਖ ਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਸੇ ਐਸੇ ਚਿੱਤਰਕਾਰ ਦੀ ਦੇਣ ਹੋਵੇਗੀ ਜਿਸ ਨੇ ਕਲਾ ਨੂੰ ਕਿਸੇ ਗੁਰੂ ਪਾਸੋਂ ਸਿੱਖਿਆ ਨਾ ਹੋਵੇ। ਇਹ ਸੱਚ ਹੈ ਕਿ ਇੰਦਰਜੀਤ ਨੇ ਪੇਂਟਿੰਗ ਸਿੱਖਣ ਲਈ ਕੋਈ ਗੁਰੂ ਨਹੀਂ ਧਾਰਿਆ, ਪਰ ਇਹ ਜ਼ਰੂਰ ਹੈ ਕਿ ਇੰਦਰਜੀਤ ਅੱਜ ਆਪਣੀ ਦੁਕਾਨਦਾਰੀ ਦੇ ਕੰਮ ਦੇ ਨਾਲ ਨਾਲ ਸੋਸ਼ਲ ਸਾਈਟਸ ਦੀ ਵੀ ਮਦਦ ਲੈ ਰਿਹਾ ਹੈ ਅਤੇ ਕੁਝ ਵਿਚਾਰ ਲੱਭ ਕੇ ਆਪਣੀ ਪੇਂਟਿੰਗ ਸ਼ੁਰੂ ਕਰਦਾ ਹੈ। ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਫੇਸਬੁੱਕ ਦੇ ਜ਼ਰੀਏ ਉਸਨੂੰ ਕਾਫੀ ਪਹਿਚਾਣ ਮਿਲੀ ਹੈ ਅਤੇ ਉਸ ਦੀਆਂ ਪੇਂਟਿੰਗ ਫੇਸਬੁੱਕ ਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਸਰ ਇਹ ਮੇਰੇ ਸਕੂਲ ਟਾਈਮ ਦੇ ਆਈਡੀਆ ਹੈਗੇ ਆ, ਸਕੂਲ ਟਾਈਮ ਲਾ ਲਓ ਕਿ ਮੇਰੇ ਵਿਆਹ ਨੂੰ 10 ਸਾਲ ਹੋ ਗਿਆ ਅਤੇ ਮੈਂ +2 ਕੀਤੀ ਹੈ, ਤੁਸੀਂ ਆਈਡੀਆ ਲਾ ਸਕਦੇ ਹੋ ਔਰ ਉਦੋਂ ਮੇਰੇ ਆਈਡੀਆ ਵਾ ਜੋ ਮੈਂ ਇਸ ਟਾਈਮ 'ਤੇ ਆਣ ਕੇ ਪੂਰੇ ਕੀਤੇ ਹੈਗੇ ਆ। ਸਕੂਲ ਟਾਈਮ ਦੇ ਮਨ ਦੇ ਆਈਡੀਆ ਮਨ 'ਚ ਲੈ ਕੇ ਚੱਲਿਆ ਸੀ ਅਤੇ ਮੈਂ ਉਹਨਾਂ ਨੂੰ ਸੋਚਦਾ ਹੀ ਕਰਨੇ ਆ, ਬਣਾਉਣੇ ਆ, ਕੁਛ ਟਾਈਮ ਸੈਟਿੰਗ ਕਰਕੇ ਮੇਰੇ ਕੋਲ ਹੋ ਜਾਣ ਪਿਆ। ਫਿਰ ਜਸਟ ਹੁਣ ਮੇਰੇ ਕੋਲ ਟਾਈਮ ਹੈਗਾ, ਮੇਰੇ ਬੱਚੇ ਵੀ ਸਿਆਣੇ ਹੈਗੇ ਆ, ਮੇਰੀ ਵਾਈਫ ਮੇਰਾ ਪੂਰਾ ਸਾਥ ਦਿੰਦੀ ਹੈਗੀ ਹੈ, ਮੰਮੀ ਪਾਪਾ ਮੇਰੇ ਸਾਥ ਦਿੰਦੇ ਆ, ਮੈਂ ਰਾਤ 12 ਵਜੇ ਤੱਕ ਇੱਕ ਦਾ ਕੰਮ ਕਰ ਸਕਦਾ ਮੋਸਟਲੀ ਅਰਮਾਨ ਦੇ ਨਾਲ, ਮੈਨੂੰ ਕੁਛ ਇਹਨਾਂ ਨੇ ਕਹਿਣਾ ਨਹੀਂ। ਹਾਂ ਮੈਂ ਆਪਣੀ ਬਾਕੀ ਇਹਦੇ ਵਿੱਚ ਆਪਣੀ ਜ਼ਿੰਮੇਵਾਰੀ ਜਿਹੜੀਆਂ ਮੇਰੀਆਂ ਹੈਗੀਆਂ ਮੈਂ ਪੂਰੀ ਨਿਭਾ ਕੇ ਫਰੀ ਹੋ ਕੇ ਫਿਰ ਆਪਣਾ ਕੰਮ ਕਰਨਾ। ਮੇਰੇ ਆਈਡੀਆ ਸਕੂਲ ਟਾਈਮ ਦੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ, ਸਕੂਲ ਟਾਈਮ ਦੇ ਆਈਡੀਆ ਜਿਹੜੇ ਇਸ ਟਾਈਮ ਆਣ ਕੇ ਮੇਰੇ ਸੁਪਨਾ ਜਿਹੜਾ ਹੈਗਾ ਪੂਰਾ ਹੋ ਰਿਹਾ, ਮੈਂ ਕਰ ਰਿਹਾ ਹੈਗਾ ਅਤੇ ਨੈਕਸਟ ਟਾਈਮ ਮੈਂ ਗਾ ਫਿਊਚਰ ਵੀ ਕਰਦਾ ਰਹਾਂਗਾ। ਆਪਣੇ ਵੱਲੋਂ ਪੂਰਾ ਕਰਦਾ ਕਿ ਕਿਸੇ ਕੋਈ ਕਵੇ ਨਾ ਵੀ ਇਹ ਯਾਰ ਤੂੰ ਕੀ ਕੀਤਾ ਹੈਗਾ, ਕੋਸ਼ਿਸ਼ ਕਰਦੇ ਰਹੀਦਾ ਵੀ ਸੋਹਣਾ ਬਣੇ, ਵਧੀਆ ਬਣੇ, ਕੋਈ ਕਵੇ ਨਾ, ਪਰਫੈਕਟ ਸਰ ਕੋਈ ਨਹੀਂ ਹੈਗਾ, ਬਟ ਕਰਦੇ ਰਹੀਏ। ਮੈਂ ਸਰ ਬੱਚਿਆਂ ਦੀ ਬਣਾਉਣਾ ਹੈਗਾ, ਨੌਜਵਾਨ ਦੀ ਬਣਾਉਣਾ ਹੈਗਾ, ਆਪਣੇ ਜੋ ਗੁਰੂ ਸਾਹਿਬਾਨ ਆ ਉਹਨਾਂ ਦੀ ਬਣਾਉਣਾ ਹੈਗਾ ਪੇਂਟਿੰਗਾਂ, ਸਕੈਚ ਮੋਸਟਲੀ, ਔਰ ਕੈਨਵਸ, ਵਾਟਰ ਕਲਰ, ਪੈਨਸਲ ਸ਼ੇਡਿੰਗ,
ਦੇ ਵਿੱਚ ਮੇਰਾ ਜ਼ਿਆਦਾ ਰੁਝਾਨ ਹੈਗਾ। ਮੈਂ ਕਲਾਕਾਰੀ ਆਪਣੀ ਨੂੰ ਬਿਲਕੁਲ ਸਾਂਭ ਕੇ ਰੱਖਿਆ ਹੈਗਾ, ਤਾਂ ਮੈਂ ਇਹਨੂੰ ਗਾਂਵੀ ਭਵਿੱਖ ਵਿੱਚ ਵੀ ਸਾਂਭ ਕੇ ਰੱਖਾਂਗਾ, ਅਤੇ ਹੋਰ ਵੀ ਮੇਰੇ ਕੋਲ ਬਹੁਤ ਆਈਡੀਆ ਹੈਗੇ ਆ, ਅਤੇ ਮੈਂ ਫਿਊਚਰ ਵਿੱਚ ਇਹਨਾਂ ਨੂੰ ਹੋਰ ਅੱਗੇ ਲੈ ਕੇ ਜਾਵਾਂਗਾ। ਇੰਦਰਜੀਤ ਸਿੰਘ ਦੀ ਪ੍ਰਤਿਭਾ ਨੂੰ ਦੇਖ ਕੇ ਕਾਫੀ ਲੋਕ ਇੰਦਰਜੀਤ ਸਿੰਘ ਨਾਲ ਜੁੜ ਰਹੇ ਹਨ। ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਉਹ ਆਪਣੀ ਪੇਂਟਿੰਗ ਵੇਚ ਨਹੀਂ ਰਿਹਾ, ਜਦਕਿ ਉਸਨੂੰ ਕਾਫੀ ਲੋਕ ਇਸ ਕੰਮ ਲਈ ਪ੍ਰੇਰਿਤ ਕਰ ਰਹੇ ਹਨ। ਇੰਦਰਜੀਤ ਸਿੰਘ ਵੱਲੋਂ ਕਈ ਨਾਮਵਰ ਸ਼ਖਸੀਅਤਾਂ ਦੀਆਂ ਬੇਮਿਸਾਲ ਪੇਂਟਿੰਗਾਂ ਤਿਆਰ ਕੀਤੀਆਂ ਗਈਆਂ ਹਨ। ਮੇਰੇ ਫੇਸਬੁੱਕ 'ਤੇ ਵੀ ਮੇਰੇ ਬਹੁਤ ਫਰੈਂਡ ਹੈਗੇ ਜੋ ਮੈਨੂੰ ਡਿਮਾਂਡ ਕਰਦੇ ਹੈਗੇ ਆ ਵੀ ਯਾਰ ਸਾਨੂੰ ਆਹ ਬਣਾ ਕੇ ਦੇ, ਸਾਨੂੰ ਆਹ ਕਰਕੇ ਦੇ। ਮੈਂ ਸੋਚ ਰਿਹਾ ਨੈਕਸਟ ਟਾਈਮ ਜੇ ਮੈਨੂੰ ਮੌਕਾ ਮਿਲਦਾ ਤਾਂ ਮੈਂ ਇਹ ਮੌਕਾ ਆਪਣੇ ਹੱਥ ਜ਼ਰੂਰ ਲਵਾਂਗਾ, ਮੌਕਾ ਜਾਣ ਨਹੀਂ ਦੇਵਾਂਗਾ। ਸਰ ਬਸ ਮਟੀਰੀਅਲ ਮੈਂ ਬਣਾ ਰਿਹਾ ਹੈਗਾ, ਮੈਂ ਸੋਚਦਾ ਮੇਰਾ ਹੱਥ ਹੋਰ ਸਾਫ਼ ਹੋ ਜੇ। ਮੈਂ ਕਲਾਕਾਰ ਨਹੀਂ ਹੈਗਾ, ਬਟ ਮੈਂ ਕਿੰਨਾ ਵਾ ਵੀ ਮੈਂ ਹੋਰ ਵਧੀਆ ਕਰਾਂ। ਇਸ ਤੋਂ ਜੋ ਅੱਜ ਕੀਤਾ ਇਸ ਤੋਂ ਕੱਲ੍ਹ ਵਧੀਆ ਕਰਾਂ, ਜੇ ਪਰਸੋਂ ਕੀਤਾ ਇਸ ਤੋਂ ਹੋਰ ਵਧੀਆ ਕਰਾਂ। ਕਾਫੀ ਫੋਟੋਆਂ ਮੇਰੇ ਕੋਲ ਆਉਂਦੀਆਂ ਹੈਗੀਆਂ, ਮੈਂ ਦੇਖਦਾ ਸਰਚ ਕਰਦਾ, ਪਰ ਜੋ ਮੇਰੇ ਦਿਲ ਨੂੰ ਜੋ ਮਨ ਨੂੰ ਲੱਗਦੀਆਂ ਵੀ ਮੈਂ ਇਹ ਕਰ ਸਕਦਾ, ਇਹਨੂੰ ਹੋਰ ਵਧੀਆ ਕਰ ਸਕਦਾ, ਤਾਂ ਫਿਰ ਮੈਂ ਉਹ ਹੀ ਚੂਜ਼ ਕਰਦਾ ਹੈਗਾ, ਅਤੇ ਇਸ ਕਰਕੇ ਹੀ ਥੋੜ੍ਹੀ ਬਿਊਟੀ ਆ ਜਾਂਦੀ ਹੈਗੀ। ਹਾਂਜੀ, ਮੇਰੇ ਫਰੈਂਡਸ ਹੈਗੇ ਆ ਉਹ ਮੈਨੂੰ ਕਾਫੀ ਹੀ ਰਿਸਪੋਂਸ ਦਿੰਦੇ ਹੈਗੇ ਹੈਗੇ ਆ, ਅਤੇ ਉਸ ਤੋਂ ਬਾਅਦ ਮੈਂ ਕਾਫੀ ਸਕੈਚ ਜੋ ਹੈਗੇ ਮੇਰੇ ਦੋਸਤ ਹੈਗੇ ਆ ਕਸਟਮਰ ਹੈਗੇ ਆ ਉਹਨਾਂ ਨੇ ਬਣਾਏ ਹੈਗੇ ਆ, ਅਤੇ ਆਪਣੇ ਰਿਲੇਟਿਵਾਂ ਨੂੰ ਗਿਫਟ ਵੀ ਕੀਤੇ ਹੈਗੇ ਆ। ਇੰਦਰਜੀਤ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਪਹਿਲਾਂ ਜਦ ਉਸਦੇ ਪਤੀ ਰਾਤ ਦੇ ਸਮੇਂ ਬੈਠੇ ਪੇਂਟਿੰਗ ਤਿਆਰ ਕਰਦੇ ਸਨ ਤਾਂ ਅਜੀਬ ਲੱਗਦਾ ਸੀ ਕਿ ਜਿਵੇਂ ਉਹ ਪਰਿਵਾਰ ਤੋਂ ਦੂਰ ਹੋ ਕੇ ਸਮਾਂ ਬਰਬਾਦ ਕਰ ਰਹੇ ਹਨ, ਪਰ ਜਦ ਉਸਨੂੰ ਆਪਣੇ ਪਤੀ ਦੇ ਅੰਦਰ ਵਸੇ ਚਿੱਤਰਕਾਰ ਦੀ ਪਹਿਚਾਣ ਹੋਈ ਤਾਂ ਅੱਜ ਉਹ ਖੁਦ ਵੀ ਹੈਰਾਨ ਹੈ। ਇੰਦਰਜੀਤ ਦਾ ਪਰਿਵਾਰ ਉਸਦੀ ਪੂਰੀ ਮਦਦ ਕਰ ਰਿਹਾ ਹੈ ਤਾਂ ਜੋ ਉਹ ਆਪਣਾ ਸਮਾਂ ਆਪਣੀ ਕਲਾ ਨੂੰ ਦੇ ਸਕੇ। ਪਹਿਲਾਂ ਤਾਂ ਥੋੜ੍ਹਾ ਅਜੀਬ ਲੱਗਦਾ ਸੀ, ਅਤੇ ਬਾਅਦ ਵਿੱਚ ਜਦੋਂ ਇਹਨਾਂ ਨੇ ਆਪਣੀ ਪੇਂਟਿੰਗ ਵਗੈਰਾ ਤਿਆਰ ਕੀਤੀ ਤਾਂ ਫਿਰ ਬਹੁਤ ਵਧੀਆ ਲੱਗਾ। ਫਿਰ ਘਰ ਵੀ ਇਹਨਾਂ ਨੇ ਕਾਫੀ ਬੱਚਿਆਂ ਦੀਆਂ ਮੇਰੀ ਸਨੈਪ ਮੇਰੇ ਬੇਟੇ ਦੀ ਇਸ ਤਰ੍ਹਾਂ ਬਣਾਈਆਂ, ਅਤੇ ਫਿਰ ਬਹੁਤ ਵਧੀਆ। ਫਿਰ ਸਾਡੇ ਇਹਨਾਂ ਦੇ ਯਾਰ ਦੋਸਤ ਵੀ ਕਹਿਣ ਲੱਗ ਗਏ ਇਹਨਾਂ ਨੂੰ ਕਿ ਤੁਸੀਂ ਭਾਅ ਜੀ ਬਹੁਤ ਵਧੀਆ ਬਣਾਉਂਦੇ ਜੋ ਤੁਸੀਂ ਬਣਾਇਆ ਕਰੋ। ਫਿਰ ਥੋੜ੍ਹਾ ਥੋੜ੍ਹਾ ਅੱਗੇ ਵੱਧ ਹੀ ਗਏ।